ਸ਼ਿਵ ਸੈਨਾ ਹਿੰਦ ਵੱਲੋਂ ਲੁਧਿਆਣਾ ਦੇ ਚੀਮਾ ਚੌਂਕ 'ਚ ਖਾਲਿਸਤਾਨ ਅਤੇ ਸਮਰਥਕਾਂ ਦੇ ਪੋਸਟਰ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਿੰਦੂ ਨੇਤਾਵਾਂ ਨੇ ਆਰੋਪ ਲਗਾਇਆ ਕਿ ਅਮਰੀਕਾ ਅਤੇ ਕੈਨੇਡਾ ਦੇਸ਼ਾਂ ਵਿੱਚ ਲਗਾਤਾਰ ਖਾਲਿਸਤਾਨ ਦੀ ਕੀਤੀ ਜਾ ਰਹੀ ਮੰਗ ਅਤੇ ਭਾਰਤ ਦੇ ਖਿਲਾਫ਼ ਰੋਸ ਪ੍ਰਗਟਨ ਕਰਦਿਆਂ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਉਹਨਾਂ ਕਿਹਾ ਕਿ ਖਾਲਿਸਤਾਨ ਸਮਰਥਕਾਂ ਦੀ ਸੋਚ ਨੂੰ ਪੂਰਾ ਨਹੀਂ ਹੋਣ ਦੇਵਾਂਗੇ। ਇਹ ਜਿਹੜੀ ਕੁਛ ਬਾਹਰ ਬੈਠੀਆਂ ਕੱਟੜਵਾਦ ਏਜੰਸੀਆਂ, ਮਤਲਬ ਕੱਟੜਵਾਦੀ ਜਿਹੜੇ ਸੰਗਠਨ ਹੈਗੇ ਆ, ਜਿਹੜੀਆਂ ਇਹਨਾਂ ਏਜੰਸੀਆਂ ਬਣਾਈਆਂ ਹੋਈਆਂ ਕੱਟੜਵਾਦ ਪੰਨੂ ਵਰਗੇ ਅਤੇ ਪੰਮਾ ਵਰਗੇ ਅੱਤਵਾਦੀ, ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਹੈ। ਇਹ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਆ। ਖਾਲਿਸਤਾਨ ਕੀ ਹੈ? ਕੁਛ ਵੀ ਨਹੀਂ ਆ, ਚਾਰ ਬੰਦੇ ਗਿਣਤੀ ਦੇ ਲੈ ਕੇ ਜਿਹੜੇ ਦੇਸ਼ ਨੇ ਵਿਰੋਧੀ ਨਾਅਰੇ ਲਗਵਾ ਰਹੇ ਆ। ਭਾਰਤ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ, ਇਹਨਾਂ ਦਾ ਵਿਰੋਧ ਕੀਤਾ ਜਾਵੇ। ਅਸੀਂ ਅੱਜ ਲੁਧਿਆਣਾ ਦੇ ਵਿੱਚ ਚੀਮਾ ਚੌਂਕ 'ਚ 2020 ਰਿਫੰਡਮ ਦਾ, ਖਾਲਿਸਤਾਨ ਦਾ ਪੁਤਲਾ ਫੂਕਿਆ। ਅਸੀਂ ਆਪਣੇ ਜਿੰਦੇ ਜੀ ਇਹ ਕੰਮ ਕਦੀ ਨਹੀਂ ਹੋਣ ਦੇਵਾਂਗੇ ਕਿ ਸਾਡੀ ਧਰਤੀ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਸਾਡੇ ਵਿੱਚ ਇੰਨੇ ਸਾਡੇ ਸੈਨਿਕਾਂ ਦੀ ਕੁਰਬਾਨੀਆਂ, ਇੰਨੀ ਪੰਜਾਬ ਪੁਲਿਸ ਦੀ ਕੁਰਬਾਨੀਆਂ ਹੋਈਆਂ। ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਸਾਡੀ ਧਰਤੀ 'ਤੇ ਆ ਕੇ ਖਾਲਿਸਤਾਨ ਜਿੰਦਾਬਾਦ ਦਾ ਨਾਅਰੇ ਲਗਾਵੇ। ਅਗਰ ਉਹਨਾਂ 'ਚ ਦਮ ਹੈਗਾ ਤਾਂ ਉਹ ਇੱਥੇ ਆਉਣ ਹਿੰਦੁਸਤਾਨ 'ਚ, ਅਸੀਂ ਦੇਖ ਲਾਂਗੇ। ਅਸੀਂ ਸ਼ਿਵ ਸੈਨਿਕ ਆਪਣੀ ਜਾਨ ਦੇਣ ਨੂੰ ਹਮੇਸ਼ਾ ਤਿਆਰ ਬੈਠੇ ਹਾਂ, ਨਾ ਕਦੇ ਅਸੀਂ ਡਰੇ ਹਾਂ। ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਹਾਂ ਖਾਲਿਸਤਾਨ ਦਾ, ਔਰ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਪੰਨੂ ਵਰਗੇ, ਜਿਹੜੇ ਪੰਮਾ ਵਰਗੇ ਅੱਤਵਾਦੀ, ਉਹਨਾਂ ਨੂੰ ਜਲਦੀ ਤੋਂ ਜਲਦੀ ਭਾਰਤ ਲਾਇਆ ਜਾਵੇ, ਇਹਨਾਂ ਨੂੰ ਫਾਂਸੀ ਦਿੱਤੀ ਜਾਵੇ। ਤੁਹਾਨੂੰ ਲੱਗਦਾ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਬਿਲਕੁਲ, ਦੇਸ਼ ਦਾ ਦਿਨ ਪ ਦਿਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰਾਂ ਵੀ ਬਿਲਕੁਲ ਨਾਕਾਮ ਨੇ ਇਸ ਚੀਜ਼ ਨੂੰ, ਕੋਈ ਕੁਛ ਨਹੀਂ ਹੋ ਰਿਹਾ। ਪਿੱਛੇ ਬੜੇ 8-9 ਹਿੰਦੂਵਾਦੀ ਨੇਤਾ ਮਾਰੇ ਗਏ ਨੇ, ਅਤੇ ਹੁਣ ਵੀ ਜਿਹੜੇ ਬਾਹਰ ਬੈਠੇ ਸ਼ਟਜਨ 'ਚ ਰਚ ਰਹੇ ਨੇ 2020 ਦਾ, ਕੁਛ ਨਹੀਂ ਹੋਣਾ 2020 'ਚ। ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ 'ਤੇ ਨੱਥ ਪਾਈ ਜਾਵੇ। ਮੈਂ ਰਾਹੁਲ ਦੁਆ, ਰਾਸ਼ਟਰੀ ਜਨਰਲ ਸੈਕਟਰੀ ਸ਼ਿਵ ਸੈਨਾ ਹਿੰਦ। ਜਿਹੜਾ ਅੱਤਵਾਦੀ ਮਾਹੌਲ ਖਰਾਬ ਕਰ ਰਿਹਾ ਦੇਸ਼ ਦਾ, ਮੈਂ ਇਹਦਾ ਡਟ ਕੇ ਵਿਰੋਧ ਕਰਦਾ ਵਾਂ। ਸ਼ਿਵ ਸੈਨਾ ਹਿੰਦ ਕਦੀ ਵੀ ਨਹੀਂ ਚਾਹੇਗੀ, ਉਹ ਕਦੀ ਹੁੰਬਣ ਨਹੀਂ ਦੇਗੀ ਖਾਲਿਸਤਾਨ। ਇਹ ਜੇ 2020 ਦਾ ਅਸੀਂ ਅੱਜ ਪੁਤਲਾ ਫੂਕਿਆ ਹੋਇਆ, ਇਹ ਇੰਗਲੈਂਡ 'ਚ ਅਮਰੀਕਾ ਬਹਿ ਕੇ ਆਪਣੀ ਪਲੈਨਿੰਗਾਂ ਕਰਦੇ ਪਏ ਨੇ ਕਿ ਅਸੀਂ ਹਿੰਦੁਸਤਾਨ ਦਾ ਮਾਹੌਲ ਖਰਾਬ ਕਰਾਂਗੇ, ਉੱਥੇ 2020 ਰਿਫੰਡ ਲਿਆਵਾਂਗੇ ਔਰ ਖਾਲਿਸਤਾਨ ਬਣਾਵਾਂਗੇ। ਇਹ ਭੁੱਲ ਜਾਣ, ਸ਼ਿਵ ਸੈਨਾ ਹਿੰਦ ਡਟ ਕੇ ਵਿਰੋਧ ਕਰਦੀ ਹੈ, ਉਹ ਕਰਦੀ ਰਹੇਗੀ। ਸ਼ਿਵ ਸੈਨਾ ਹਿੰਦ ਬੈਠੀ ਹੈ, ਜਾਨ ਦੇ ਜਦ ਤੱਕ ਜਾਨ ਹੈ ਖਾਲਿਸਤਾਨ ਬਣਨ ਦੇਗੀ, ਜੋ ਮਰਜ਼ੀ ਹੋ ਜਾਵੇ। ਅਸੀਂ ਤਾਂ ਡਟ ਕੇ ਵਿਰੋਧ ਕਰਦੇ ਹਾਂ, ਔਰ ਮੋਦੀ ਸਰਕਾਰ ਨੂੰ ਕਹਿੰਦੇ ਹਾਂ ਕਿ ਇਹਨਾਂ ਦੇ ਨੱਥ ਪਾਈ ਜਾਵੇ। ਇਹਨਾਂ ਨੂੰ ਇੱਥੇ ਜੇ ਇੱਥੇ ਉਹਨਾਂ ਕੋਲ ਜਲਾਦ ਨਹੀਂ ਹੈਗੇ, ਲਿਆਓ, ਅਸੀਂ ਜਲਾਦ ਬਣਾਉਣ ਤਿਆਰ ਬੈਠੇ ਹਾਂ। ਅਸੀਂ ਇਹਨਾਂ ਫਾਂਸੀ ਲਟਕਾਵਾਂਗੇ ਜਿਹੜੇ ਬਾਹਰ ਬੈਠੇ ਤੇ ਇੱਥੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ, ਜਿਹੜੇ ਹਿੰਦੁਸਤਾਨ ਮਾਹੌਲ ਖਰਾਬ ਕਰ ਰਹੇ ਨੇ। ਅਸੀਂ ਡਟ ਕੇ ਦਾ ਵਿਰੋਧ ਕਰਦੇ ਸ਼ਿਵ ਸੈਨਾ ਹਿੰਦੇ ਦਾ। ਪੰਜਾਬ ਦੇ ਵਿੱਚ ਪਹਿਲਾਂ ਵੀ ਅੱਤਵਾਦ ਰਿਹਾ, ਉਹਨੂੰ ਖਤਮ ਕਰਨ ਦੇ ਵਿੱਚ ਸਰਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਪਰ ਹੁਣ ਫਿਰ ਬਿਲਕੁਲ ਜੀ, ਪਹਿਲਾਂ ਪੰਜਾਬ ਦਾ ਮੋਰਚਾ ਇੰਨਾ ਖਰਾਬ ਰਿਹਾ, ਜਿਹਦੇ ਵਿੱਚ ਬੇਅੰਤ ਸਿੰਘ ਜੀ ਨੇ ਕੁਰਬਾਨੀ ਦਿੱਤੀ, ਕੇਪੀ ਸਿੰਘ ਜੀ ਨੇ ਇੰਨੇ ਇੰਨਾ ਜੋਰ ਲਗਾਇਆ, ਇੰਨੇ ਸ਼ਹੀਦ ਹੋਏ, ਸਾਡੇ ਪੁਲਿਸ ਮੁਲਾਜ਼ਮ ਇੰਨੇ ਸ਼ਹੀਦ ਹੋਏ, ਇੰਨੇ ਹਿੰਦੂ 35,000 ਸਾਡੇ ਹਿੰਦੂ ਮਾਰਿਆ ਗਿਆ, ਜਿਹਦੀ ਕਿਤੇ ਪੁੱਛ ਗਿਆ ਨਹੀਂ ਕੀਤੀ। ਔਰ ਅੱਜ ਅੱਛਾ ਮਾਹੌਲ ਹੈ ਹਿੰਦੁਸਤਾਨ ਦਾ, ਪੰਜਾਬ ਦਾ ਮਾਹੌਲ ਅੱਛਾ ਹੋਇਆ, ਔਰ ਰਘੁਰਵਤੀ ਚਾਹੁੰਦੇ ਨੇ ਕਿ ਅਸੀਂ ਇਹਦੇ ਖਾਲਿਸਤਾਨ ਬਣ ਜਾਏਗਾ, ਇਹ ਕਦੇ ਨਹੀਂ ਬਣ ਸਕਦਾ।